ਹਾਂ ਵੀ ਜਦੋਂ ਟੂਟੀ ਆ ਜਾਂਦੀ ਆ ਪਾਣੀ ਛੱਡ ਦਿਆ ਕਰੋ ਇਹ ਚ ਦੇ ਕਸਮਾਂ ਨੇ ਚਾਬੀ ਕਿੱਥੇ ਦਾ ਓ ਭਾਈ ਹਲੋ ਪਾਣੀ ਓਏ ਕਿਵੇਂ ਆ ਸਾਲੀਏ ਮੈਂ ਮਰ ਜਾ ਕਿਵੇਂ ਭੌਂਕਦਾ ਸਾਲੀ ਕਿਵੇਂ ਓਏ ਸਾਲੇ ਹਾਰ ਉਪਰ ਹਾਰ ਲਾਉਣਾ ਭੁੱਲ ਗਿਆ ਜੀ ਸਤਿ ਸ੍ਰੀ ਅਕਾਲ ਸਾਲੇ ਹਾਰ ਜੀ ਸਾਲੇ ਹਾਰ ਕਿਉਂ ਕੰਜਦਾ ਜਦੋਂ ਮੈਂ ਤੇਰਾ ਤਾਇਆ ਲੱਗਦਾ ਤਾਂ ਤੇਰੀ ਮਾਸੀ ਲੱਗੂ ਥੋੜੇ ਚੰਗੇ ਕਰਮ ਕਰੇ ਹੋਏ ਨੇ ਜਿਹੜਾ ਤੁਹਾਨੂੰ ਆਹ ਪਾਣੀ ਨਸੀਬ ਹੋ ਗਿਆ ਅੱਜ ਕੱਲ ਸਾਡੇ ਵਾਲੀਆਂ ਨਹੀਂ ਨਾ ਆਉਂਦੀਆਂ ਬਲੱਡ ਘਟ ਗਿਆ ਬਲੱਡ ਘਟ ਗਿਆ ਛੜੇ ਛੜਾਂਗ ਉਹ ਵਿਆਹ ਕਰਾਓ ਜਦੋਂ ਤੀਵੀਂ ਆ ਗਈ ਬਲੱਡ ਵਧੀ ਰਹੂਗਾ ਫਿਰ ਤਾਂ ਫੇਰ ਨਹੀਂ ਘਟਦਾ ਮੈਂ ਗਾਰੰਟੀ ਦਿੰਦਾ ਉਹ ਤਾਂ ਦਿਨ ਰਾਤ ਕੰਨਾਂ 'ਚ ਹੈੱਡਫੋਨ ਨਹੀਂ ਕਰਦਾ ਸੀ ਹੱਗਣ ਮੁੱਤਨ ਜਾਣ ਲੱਗਾ ਵੀ ਹੈੱਡਫੋਨ ਲਾ ਕੇ ਜਾਂਦਾ ਸੀ ਆ ਹੁਣ ਸੁਣਨ ਤੋਂ ਵੀ ਰਹਿ ਗਿਆ ਤੈਨੂੰ ਇਹ ਫਿਰ ਨਵੀਂ ਗੱਲ ਆ ਕੋਈ ਇਹ ਤਾਂ ਪਤੀ ਆ ਮੈਨੂੰ ਲੈ ਜੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਪੇਸ਼ਕਸ਼ ਕੀ ਸੁਣਦੇ ਨੇ ਕੀ ਆ ਕਿੱਥੇ ਮਰ ਗਈ ਖੂਜ ਖੂਜ ਉੱਤਰ ਗਈ ਤੀ ਮੈਂ ਖੇਤ ਲਾ ਕੇ ਆਉਣਾ ਗੱਡੀ ਚੰਗਾ ਗੋਹੇ ਵਾਲੀ ਲਾਹਿਆ ਹੋਰ ਪਾਉਣਾ ਪਾ ਦੇ ਸਿੱਟਿਆ ਮੈਂ ਕਿਹੜਾ ਰੇੜੇ ਦੇ ਟਾਇਰ ਪੈਂਚਰ ਕਰਤਾ ਵੀ ਮੈਨੂੰ ਪੁੱਛਦਾਗਾ ਕੀ ਭੌਂਕੀ ਨਹੀਂ ਆ ਕੀ ਕਹਿਣੀ ਆ ਹੈ ਕੀ ਗੱਲ ਹੋ ਗਈ ਆ ਜਾ ਤੈਨੂੰ ਗੁੱਠਾ ਲਾਉਣੀ ਆ ਤੇਰੀ ਕਸਰ ਰਹਿ ਗਈ ਤੇ ਬੋਲਣ ਕਣੀ ਆ ਨਹੀਂ ਕਿਉਂ ਟੈਂਪੜੀ ਜਾਨੀ ਆ ਉਹਨੂੰ ਕਿਉਂ ਮੱਥਾ ਮਾਰੀਆਂ ਨਹੀਂ ਉਹਦੇ ਨਾਲ ਮੈਂ ਲੈ ਚੱਲਦਾ ਤੈਨੂੰ ਤੇਰੇ ਨਾਲ ਜਾਂਦੀ ਆ ਮੇਰੀ ਜੁੱਤੀ ਮੈਂ ਤਾਂ ਹੋਰ ਨਾ ਛਿੱਤਰ ਖਾ ਲਈ ਰੋਟੀਆਂ ਖਾਧੀਆਂ ਜਾਂਦੀਆਂ ਨੇ ਬੰਦਾ ਬਣ ਕੇ ਖਾ ਲਾ ਬੱਲੇ 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 ਭਾਈ ਤੁਹਾਡੇ ਚੰਗੇ ਕਰਮ ਕਰੇ ਹੋਏ ਨੇ ਤੁਹਾਡੇ ਚੰਗੇ ਕਰਮ ਕਰੇ ਹੋਏ ਨੇ ਜਿਹੜਾ ਤੁਹਾਨੂੰ ਆਹ ਪਾਣੀ ਨਸੀਬ ਹੋ ਗਿਆ ਅੱਜ ਕੱਲ੍ਹ ਸਾਡੇ ਵਾਲੀਆਂ ਨਹੀਂ ਨਾ ਆਉਂਦੀਆਂ ਪੱਕੀਆਂ ਨਹਿਰਾਂ ਹੋ ਗਈਆਂ ਹੈਂ ਕਿਤੋਂ ਦੀ ਵੜਨ ਨੂੰ ਘਾਟ ਨਹੀਂ ਛੱਡਿਆ ਵਾਹ ਬਈ ਵਾਹ ਦੇਖੋ ਕਿਵੇਂ ਡੁਬਕੀਆਂ ਲਾਉਂਦੀਆਂ ਨੇ ਥੱਲੇ ਕੱਚਾ ਇਹ ਆ ਭਾਈ ਅਸਲ ਸੁਰਗ ਹੈਂ ਪੁਰਾਣੇ ਪੰਜਾਬ ਦੀ ਯਾਦ ਆ ਗਈ ਮੇਰਾ ਦਾਦਾ ਲਿਆਂਦਾ ਹੁੰਦਾ ਮੈਂ ਸਾਂ ਟੋਭੇ 'ਚ ਦੁਪਹਿਰੇ 2 ਵਜੇ ਹੱਕ ਕੇ ਆਪਦੇ ਆਪ ਘਰ ਆ ਜਾਂਦੀਆਂ ਭਾਈ ਉਹ ਟਾਈਮਾਂ 'ਚ ਤਾਂ ਕੋਈ ਹੱਕ ਕੇ ਨੀਤੀ ਲਿਆਉਂਦੇ ਉਦੋਂ ਬਾਅਦ ਕੇਰਾਂ ਛੱਡਿਆ ਆਉਂਦੇ ਆਪਦੇ ਆਪ ਆ ਜਾਂਦੀਆਂ ਟਿੱਬੇ ਵਾਲੀਆ ਹਾਂ ਆਪਦੇ ਆਪ ਆਉਂਦੀਆਂ ਤੀ ਉਰੇ ਆ ਤੂੰ ਮੇਰੇ ਕੋਲੇ ਆਪਦੇ ਆਪ ਹੀ ਆਉਂਦੀਆਂ ਤੀ ਸਾਡੇ ਫੁੱਲੀ ਹੁੰਦੀ ਇੱਕ ਭਾਈ ਬੜਾ ਕਰਮ ਤੀ ਝੋਟੀ ਦੇ ਉਹਦੇ ਇੱਕ ਬੂਰੀ ਹੁੰਦੀ ਜਿੰਨਾ ਚਿਰ ਬੂਰੀ ਮੱਝ ਰਹੀ ਆ ਸਾਡੇ ਘਰੇ ਉਰੇ ਆ ਉਰੇ ਬੈਠ ਉਹਨਾਂ ਚਿਰ ਸਾਡਾ ਦੁੱਧ ਨਹੀਂ ਮੁੱਕਿਆ ਹਾਂ ਇਹਦਾ ਫਿਰ ਤੈਨੂੰ ਪਤਾ ਹੋਣਾ ਵਿਆਹ ਵੂ ਹੋ ਗਏ ਉਦੋਂ ਬਾਅਦ ਨੱਕ ਜਾ ਮਾਰਨ ਲੱਗ ਜਾਂਦੀਆਂ ਨੇ ਸਾਡੇ ਵਾਲੀਆਂ ਤਾਂ ਹਨਾ ਫਿਰ ਐਂ ਕਹਿੰਦੀਆਂ ਨੇ ਹੁਣ ਅਸੀਂ ਐਂ ਗੋਹਾ ਨਹੀਂ ਚੱਕਦੀਆਂ ਬਾਹਾਂ ਨਹੀਂ ਲਬੇੜਦੀਆਂ ਅੱਜ ਕੱਲ੍ਹ ਤਾਂ ਹੋਰ ਚੱਲ ਪਿਆ ਮੇਰਾ ਅਸਲਾ ਰਿਵਾਜ ਲਿਫਾਫੇ ਚਾੜ ਲੈਂਦੀਆਂ ਨੇ ਹੱਥਾਂ 'ਤੇ ਫਿਰ ਗੋਹਾ ਚੱਕਦੀਆਂ ਨੇ ਭਾਈ ਸਾਡੇ ਕੰਮ ਸਾਡੇ ਕਣੀ ਉਹ ਤਾਂ ਗਿਆ ਕੰਮ ਸਾਡੇ ਕਣੀ ਉਹ ਤਾਂ ਗਿਆ ਭਾਈ ਖਤਮ ਹੈ ਕੰਮ ਯਾਰ ਆਹ ਚੀਜ਼ਾਂ ਕਿੱਥੇ ਮਿਲਦੀਆਂ ਨੇ ਦੇਖ ਗੱਚ ਹੋਈ ਬੈਠੀ ਆ ਉਹ ਮੈਂ ਇੱਕ ਗੱਲ ਦੇਖਿਆ ਕਹਿੰਦੇ ਜਿੰਨਾ ਚਿਰ ਮੈਂ ਇਸਦਾ ਦਿਲ ਨਾ ਭੇਜੇ ਉਨਾ ਚਿਰ ਮੈਂ ਐਸਾ ਹੀ ਨਹੀਂ ਮੈਂ ਨਾ ਲਈ ਦਿਲ ਭੇਜਣਾ ਚਾਹੀਦਾ ਮੈਂ ਇਸ ਹੈ ਦਿਲ ਜ਼ਰੂਰੀ ਹੈ ਨਾ ਹੁਣ ਤੁਹਾਡੇ ਕੋਲ ਟੱਕਾ ਡੰਗਰ ਨੇ ਇਹ ਸਾਰੇ ਟੋਟਲੀ ਸਾਡੇ ਕੋਲ 40 ਡੰਗਰ 40 ਡੰਗਰ ਨੇ ਵਾਹ ਬਾਈ ਵਾਹ ਵਾਹ ਬਾਈ ਵਾਹ 40 ਡੰਗਰ ਦਾ ਮੇਰਾ ਸਾਰਾ ਸਾਰੇ ਪਿੰਡ 'ਚ ਨਹੀਂ ਹੋਣੇ ਮੁੱਲ ਦੁੱਧ ਲਾ ਕੇ ਲੋਕ ਪੀਣ ਮੁੱਲ ਦਾ ਦੁੱਧ ਪੀਂਦੇ ਨੇ ਮੁੱਲ ਦਾ ਖਾਂਦੇ ਨੇ ਜ਼ੋਰ ਕਿੱਥੋਂ ਆਊ ਭਲਾਂ ਦੀ ਅੱਗੇ ਬੁੜਿਆਂ ਦਾ ਨਾ ਤਿਆ ਬਣਦਾ ਤੀ ਨਾ ਪਾਥਰੀਆਂ ਬਣਦੀਆਂ ਤੀ ਨਾ ਪਾਥਰੀਆਂ ਤੇ ਹੋ ਗਏ ਹੋਰ ਨਾ ਕੋਈ ਰੋਗ ਤੀ ਅੱਜ ਕੱਲ੍ਹ ਤਾਂ ਹਰੇਕ ਦਵਾਈਆਂ ਖਾਂਦਾ ਭਾਈ ਇਹ ਦਿੰਦੀਆਂ ਨੇ ਹੁਣ 12 ਫੈਂਟ ਵਾਲਾ ਦੁੱਧ ਕਿੱਥੇ ਪਚਦਾ ਕਿਸੇ ਦੇ ਇੰਨਾ ਗਾੜਾ ਕਿੱਥੇ ਪਚਦਾ ਗਾਹਾਂ ਲੀਵਰ ਨਹੀਂ ਰਹੇ ਪਚਾਉਣ ਵਾਲੇ ਉਹਨੂੰ ਕੱਟੀ ਦੇ ਕੋਈ ਇਹਨਾਂ ਚੋਂ ਬੜਿਆ ਵਾਲੀ ਇਹਨੂੰ ਜੇ ਕੱਟੀ ਦੇ ਕੋਈ ਇਹਨਾਂ ਚੋਂ
ਜਿੰਦਰ ਦੇ ਨਾਂ ਦੀ ਰੱਸੀ ਪਾ ਦੀ ਮੈਂ ਕੱਟੀ ਰੱਖੂਗਾ ਸੌਂਕਣਾ ਪਾਲੂ ਬੁਰੀ ਰੱਖਣੀ ਆ ਬੁਰੀ ਜਾਂ ਪੰਜ ਕਲਿਆਣੀ ਹੈਗੀ ਪੰਜ ਕਲਿਆਣੀ ਤਾਂ ਯਾਰ ਪਤਾ ਨੀ ਲੱਗੇ ਨਾ ਲੱਗੇ ਬੁਰੀ ਲੱਗੂ ਬਸ ਠੀਕ ਆ ਬੁਰੀ ਰੱਖਦੀ ਪਰ ਚੱਲ ਫਿਰ ਹੋਰ ਰੋਟੀ ਪਾਣੀ ਦਾ ਦੱਸੀ ਮੈਨੂੰ ਆਈ ਮੇਰੇ ਪਿੰਡ ਕਣੀ ਤੂੰ ਮੈਂ ਕੋਈ ਨਾ ਪਿੰਡ ਆ ਪਿੰਡ ਆਈ ਤੂੰ ਰੋਟੀ ਪਾਣੀ ਆਪਣੇ ਖਾਣਾ ਕਿਸੇ ਦੇ ਨੀ ਜਾਣਾ ਤੁਸੀਂ ਹਾਂ ਆ ਤਾਂ ਭਾਈ ਸੁਰਗ ਨੇ ਛੋਟੀਆਂ ਮੈਸਾਂ ਨੂੰ ਉਹਦਾ ਕਹਿਣਾ ਜਿਵੇਂ ਬੁੜਿਆਂ ਦੇ ਲਾਗੇ ਲੱਗ ਜਾਂਦੇ ਨੇ ਸਾਡੇ ਵਾਲੇ ਦਾ ਉਹ ਕੰਮ ਹੋਇਆ ਪਿਆ ਪੱਕੇ ਫਰਸ਼ ਹੋ ਗਏ ਰਹਿੰਦੇ ਖੂਹ ਦੇ ਗੱਦੇ ਲਿਆ ਕੇ ਸਿੱਟ ਦਿੰਦੇ ਆ ਉਹ ਗੱਲਾਂ ਕਿੱਥੇ ਬਣਦੀਆਂ ਨੇ ਚੱਲ ਠੀਕ ਹੈ ਫਿਰ ਚੰਗਾ ਭਾਈ ਹਾਂ ਹਾਂ ਆਹ ਲੋਟ ਆ ਤੁਰੇ ਫਿਰਦੇ ਗੋਹਾ ਜਾ ਕਲਾ ਕੀ ਕਹਿੰਦਾ ਗਾ ਇਹ ਪਕਾਈ ਮਾਰਦਾ ਕੁੱਤੇ ਵਾਲੀ ਕੁੱਤੇ ਵਾਲੀ ਪਕਾਈ ਮਾਰਦਾ ਓਏ ਆਏ ਨਹੀਂ ਮਹਾ ਤੂੰ ਗੋਹਾ ਜਾ ਕਲਾ ਗੋਹਾ ਹਰਕਤਾਂ ਤੋਂ ਬਾਜ਼ ਨਹੀਂ ਕਿਉਂ ਤੈਨੂੰ ਪਿੰਡ ਚ ਬੇਇੱਜ਼ਤੀ ਕਰਾਉਣੀ ਆ ਟਿਕ ਜਾ ਅੱਧਾ ਮੇਰਾ ਉਰੇ ਅੱਧਾ ਆਹੋ ਕਹਿੰਦਾ ਨਹੀਂ ਬੇਇੱਜ਼ਤੀ ਅੱਧਾ ਨਗਰ ਨੂੰ ਮੈਂ ਸਿਰ ਤੇ ਚੱਕ ਲਿਆ ਆਪ ਤਾਂ ਹੁਣ ਮਰਜ਼ੀ ਰੱਬ ਕੋਲੇ ਬਾਗੀ ਮੈਨੂੰ ਕੀ ਮੁਫਤ ਦਿੰਦੀ ਆ ਪਕਾ ਕੇ ਤੂੰ ਹੈ ਰਹਿਣੀ ਪਹਿਲਾਂ ਸਾਡੇ ਵਾਲੇ ਦੇ ਕੰਨ ਚ ਗੱਲ ਭਰਦੀ ਆ ਵੀ ਇਹਨੂੰ ਕਹਿ ਦੇ ਬੰਦਿਆਂ ਵਾਂਗੂ ਰੋਟੀ ਖਾ ਲਿਆ ਕਰੇ ਕਿੱਲਾ ਨੀ ਮੈਂ ਜਾਣ ਦਿੰਦੀ ਆ ਬੈਠੀਆਂ ਨੇ ਓਏ ਆ ਬੈਠੀਆਂ ਨੇ ਕਰਮ ਵਾਲੀਆਂ ਬੱਲੇ 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 ਚਾਹ ਨੀ ਬਣਾਈ ਚਾਹ ਤਾਂ 2 ਵਜੇ ਬਣਾਵਾਂਗੇ 2 ਵਜੇ ਉਦੋਂ ਪਹਿਲਾਂ ਨੀ ਬਣਦੀ ਮੈਂ ਤਾਂ ਸੁਣਿਆ ਬੱਕਰੀ ਜਦੋਂ ਮਰਜ਼ੀ ਚੋਲੋ ਬਣਾ ਲੈਣੇ ਫਿਰ 1 ਵਜੇ ਬਣਾ ਲਾਂਗੇ ਠੀਕ ਹੈ ਘੰਟਾ ਹੀ ਪਹਿਲਾਂ ਕਰਿਆ ਇਹ ਯਾਰ ਸਾਡੇ ਨਾ ਇੱਥੇ ਸਕੀਰੀ ਹੁੰਦੀ ਬੰਦੇ ਦਾ ਨਾਂ ਤੀਗਾ ਜਗਤਾਰ ਜਗਤਾਰ ਦੀ ਗਾਂ ਨਣਦ ਦੀ ਲਾਲਾ ਤੂੰ ਮਾਸੀ ਦੀ ਨੂੰਹ ਦੀ ਮਾਮੀ ਦੀ ਕੁੜੀ ਵਿਆਹੀ ਤੁਰੇ ਤੁਹਾਡੇ ਪਿੰਡ ਉਹ ਐਂ ਦੱਸਦੇ ਨੇ ਵੀ ਮੁੰਡੇ ਨੂੰ ਉੱਚਾ ਜਿਹਾ ਸੁਣਦਾ ਕਿੱਥੇ ਜੇ ਘਰ ਉਹਦਾ ਉਦੋਂ ਪਰਾਂ ਲੋਹਾ ਕਿਹੜੀ ਸੜਕ ਤੇ ਆ ਕੋਠੀ ਅੱਛਾ ਉੱਧਰ ਹੈ ਤੇ ਫਿਰ ਭਾਈ ਉਹ ਉਹਨਾਂ ਨੇ ਹੁਣ ਕੋਠੀ ਪਾ ਲਈ ਉਹ ਪਹਿਲਾਂ ਘਰ ਜਿਹਾ ਹੁੰਦਾ ਜੀ ਮੈਂ ਆਇਆ ਭੋਗ ਤੇ ਆਇਆ ਜੀ ਮੈਨੂੰ ਤਾਂ ਬੁੜਾ ਮਰਿਆ ਸੀ ਜਦੋਂ ਹਾਂ ਤੇ ਚੱਲ ਮੈਂ ਤਾਂ ਚਾਹ ਦਿੱਤੀ ਵੀ ਚਾਹ ਮਿਲ ਜਾਂਦੀ ਵਿਚਾਲੇ ਜੀ ਆ ਹੈਂ ਹਾਂ ਹਾਂ ਕੋਠੀ ਵਿਚਾਲੇ ਆ ਇਹ ਠੀਕ ਆ ਚੱਲ ਕੋਠੀਆਂ ਨੇ ਠੀਕ ਆ ਚੱਲ ਭਾਲ ਲੂੰ ਮੈਂ ਤਾਂ ਐਂ ਤਾਂ ਮੈਂ ਭਾਲ ਲੂੰਗਾ ਚੱਲ ਉਹਨਾਂ ਦੇ ਪੀ ਲੈਣਾ ਚਾਹ ਹੀ ਪੀਣੀ ਆ ਜਗਤਾਰ ਦੀ ਕੌਣ ਤੀ ਮਤਾ ਵੀ ਭੁੱਲ ਗਿਆ ਜਗਤਾਰ ਦੀ ਮਾਸੀ ਦੀ ਮਾਮੇ ਦੀ ਨੂੰਹ ਦੀ ਬਹੂ ਕੁੜੀ ਤੀ ਭੁੱਲ ਗਿਆ ਚੱਲ ਜਾ ਕੇ ਤੀ ਚੰਗਾ ਫਿਰ ਹੈ ਫਿਰ ਮੇਰਾ ਪਾਣੀ ਨਾ ਪਾਈ ਹੁਣ ਮੈਂ ਤਾਂ ਫਿਰ ਪੀ ਕੇ ਮੁੜੂ ਹੁਣ ਅਗਲੇ ਦਿਨ ਹਾਂ ਮੈਨੂੰ ਕੰਮ ਹੈ ਕਹਾ ਝੋਟਾ ਜਿਹਾ ਲਾਈਤਾ ਖੜਾ ਉਹ ਲਿਆਉਂਦੇ ਹੱਕ ਕੇ ਮੋਟਰਸਾਈਕਲ ਮੰਗ ਰਹੀ ਬੰਨ ਲਿਆਉਂ ਮੈਂ ਤਾਂ ਹਾਂ ਚੰਗਾ ਭਾਈ ਮਿੱਠਾ ਬੋਲੀ ਦੇਖੀ ਸਿਰਾ ਦੇਖ ਕੇ ਚਲਾ ਤੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਿਰਾ ਸਤਿ ਸ੍ਰੀ ਅਕਾਲ ਆਪਣਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਂ ਨਹੀਂ ਜਾਣਦਾ ਤੂੰ ਭਾਜਨਾ ਭਾਜਨਾ ਭਾਜਨਾ
ਟਪਾਲੀ ਵਾਲੇ ਦਾ ਗਾਹਾਂ ਮੁੰਡਾ ਤੇ ਮੁੰਡੇ ਦਾ ਗਾਹਾਂ ਭਾਈ ਵਿਆਹਿਆ ਭੀਖੀ। ਅੱਛਾ ਹਾਂ ਭੀਖੀ ਵਾਲਿਆਂ ਦੇ ਕਣੀ ਉਹ ਮੈਂ ਉਹਨਾਂ ਦਾ ਜਮਾਈ ਆ ਜੀ। ਖੇਤ ਕੀ ਕਰੇਗਾ ਜਦੋਂ ਤੈਨੂੰ ਘਰੇ ਮੈਂ ਟੱਕ ਗਿਆ ਤੇਰਾ ਤਾਇਆ ਹੀ ਕਰੇ। ਧੰਨਵਾਦ ਜੀ। ਚਲੋ ਜੀ ਆ ਜਾਓ। ਬਾਰ ਮੜਾ ਦੇਖ ਕੇ ਖੋਲਣਾ ਪੈਂਦਾ ਮੇਰਾ ਸਾਰਾ ਲੋਨ ਵਾਲਾ ਕੱਟਾ ਕੱਟਾ ਜੀ ਟਾਇਰ ਆ ਜਾ ਆ ਜਾ ਇਹ ਤਾਂ ਖੋਲ ਦੇਾਂਗੇ ਜੀ ਆ ਜਾ ਆ ਜਾ ਲੰਗਿਆ ਮਹਾਰੀ ਤੁਸੀਂ ਤਾਇਆ ਕਿਹੜੇ ਹਿਸਾਬ ਨਾਲ ਲੱਗੇ ਮੈਂ ਸਮਝਿਆ ਨਹੀਂ ਗਈ ਤਾਇਆ ਤਾਂ ਜਿਵੇਂ ਤੂੰ ਸਾਡਾ ਪ੍ਰਾਹੁਣਾ ਬਣ ਗਿਆ ਉਵੇਂ ਮੈਂ ਤੇਰਾ ਤਾਇਆ ਬਣ ਗਿਆ ਬਾਹੇ ਮਖੌਲੀ ਹੋਈ ਹੈ ਨਾ ਲੋਨ ਨਹੀਂ ਆਇਆ ਨੰਗੇ ਨਾ ਹਾਂ ਜੀ ਬਾਹੇ ਮਖੌਲੀ ਆ ਜਾ ਅੰਦਰ ਬਹਿ ਜਾ ਪਹਿਲਾਂ ਫਿਰ ਮੈਂ ਆਉਣਾ ਤੈਨੂੰ ਪਾਣੀ ਤਾਂ ਆ ਜਾ ਆ ਜਾ ਨੰਗੇ ਆਪਦਾ ਘਰ ਹੀ ਮੰਨ ਚਲੋ ਜੀ ਕਰਨੀ ਬਾਹ ਆ ਜਾ ਆ ਜਾ ਓਏ ਇੱਧਰ ਨਾ ਜਾ ਹਾਂ ਇੱਧਰ ਨਹੀਂ ਵੜਨ ਦਿੰਦੇ ਆਪਣਾ ਤਾਇਆ ਹੈਗਾ ਕਮਰਾ ਅੱਜ ਕੱਲ ਲੋਕ ਤਾਂ ਮੋਬਾਇਲਾਂ ਤੇ ਖੇਡਣ ਲੱਗ ਗਏ ਇਹ ਜਿਹੜਾ ਸੱਥਾਂ ਚ ਤਾਂ ਖੇਡਦਾ ਇਹ ਬਸ ਤੁਹਾਡੀ ਆਖਰੀ ਪੀੜੀ ਆ ਦੌਣਾ ਬੁਣ ਬੁਣ ਪਾਉਣੀਆਂ ਰੱਸੀਆਂ ਵੱਟਣੀਆਂ ਹੈ ਇਹਦਾ ਬਾਬਾ ਮੇਰੇ ਕੋਲ ਹੀ ਹੋ ਰਿਹਾ ਚਾਹ ਪਾਣੀ ਮੇਰੇ ਕੋਲ ਹੀ ਹੋ ਚੰਗੀ ਗੱਲ ਹੈ ਕਿੱਥੇ ਜੇ ਬੈਠੀ ਹੈ ਜੀ ਆ ਦੇ ਆ ਬਈ ਨਾ ਬੈੱਡ ਪਿਆ ਉਹਨਾਂ ਦੇ ਓਹੋ ਬਹਿ ਜਾ ਸ਼ਰਾ ਦੇਖ ਲਓ ਜੀ ਮੋਹ ਪਿਆਰ ਦੀਆਂ ਗੱਲਾਂ ਨੇ ਹਾਂ ਮੋਹ ਪਿਆਰ ਹੀ ਖਿੱਚ ਲਿਆ ਤੈਨੂੰ ਏਡੀ ਦੂਰੋਂ ਵਾਹ ਕਿਤੇ ਮਿਲੇ ਨਹੀਂ ਕਿਤੇ ਜੁਲੇ ਨਹੀਂ ਹੈ ਨਾ ਬਾਬਾ ਜੀ ਹਾਂ ਜੀ ਮਿਲੇ ਨਹੀਂ ਨਾ ਬਸ ਵੀ ਪਹਿਲਾਂ ਪਾਣੀ ਪੀ ਹਾਂ ਪਾਣੀ ਪਾਣੀ ਲੱਭੋ ਉਹ ਲੱਭ ਭਾਈ ਉਹ ਕਿੱਧਰ ਵੜ ਗਿਆ ਅੰਦਰ ਭਾਈ ਆ ਰਿਸ਼ਤੇਦਾਰ ਆਏ ਨੇ ਪਤਾ ਹੀ ਨਹੀਂ ਲੱਗਦਾ ਜਮੀ ਨਹੀਂ ਗੌਰ ਕਰਦੀ ਲਿਆ ਪਾਣੀ ਲਿਆ ਭਾਈ ਓਏ ਇੰਨਾ ਉੱਚੀ ਕਿਵੇਂ ਬੋਲਦਾ ਕੰਨਾਂ ਦੇ ਕੀੜੇ ਕਰਦੇ ਹੋਰ ਫਸਲ ਲੋਟ ਹੈ ਜੀ ਫਸਲ ਵਧੀਆ ਵਧੀਆ ਤਿੰਨ ਫਸਲਾਂ ਲੈਣੇ ਆ ਜੀ ਤਾਂ ਅੱਛਾ ਖੇਤੀਬਾੜੀ ਚ ਮਾਹਰ ਹਾਂ ਜੀ ਬਾਲਾ ਮਾਹਰ ਕੋਈ ਕੋਈ ਹੈ ਵੀ ਬੰਦਾ ਕੋਈ ਕੋਈ ਰਹਿ ਗਿਆ ਜੀ ਕੀ ਹੈ ਕੀ 60,000 ਦੀ ਗੱਡੀ ਹੈ ਬੱਲੇ 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 ਇਹ ਤਾਂ ਸੋਹਣਾ ਹੀ ਉਗਦਾ ਜੀ ਸੋਹਣਾ ਜਮਾ ਜੀ ਸੋਹਣਾ ਸੋਹਣਾ ਹੀ ਉਗਦਾ ਇੱਥੋਂ ਦੀ ਧਰਤੀ ਵਰਗੀ ਕਿੱਥੇ ਰੀਸ ਹੈ ਸਿਰਾ ਹਾਂ ਜੀ ਵੀ ਚਲੋ ਹਨਾ ਖੇਤੀਬਾੜੀ ਵਾਲਾ ਬੰਦਾ ਕਿੱਥੇ ਮਾਰ ਖਾਂਦਾ ਜੀ ਹਾਏ ਹਾਏ ਓਏ ਕਿਵੇਂ ਆ ਸਾਲੀਏ ਮੈਂ ਮਰ ਜਾ ਕਿਵੇਂ ਭੌਂਕਦਾ ਸਾਲੀ ਕਿਵੇਂ ਓਏ ਸਾਲੇ ਹਾਰ ਉਪਰ ਹਾਰ ਲਾਉਣਾ ਭੁੱਲ ਗਿਆ ਜੀ ਸਤਿ ਸ੍ਰੀ ਅਕਾਲ ਸਾਲੇ ਹਾਰ ਜੀ ਸਾਲੇ ਹਾਰ ਕਿਉਂ ਕੰਜਦਾ ਜਦੋਂ ਮੈਂ ਤੇਰਾ ਤਾਇਆ ਲੱਗਦਾ ਤਾਂ ਤੇਰੀ ਮਾਸੀ ਲੱਗੂ ਇਹ ਛੋਟੇ ਦੇ ਘਰ ਵਾਲੀ ਹੈ ਇਹਦਾ ਭਰਜਾਈ ਲੱਗਦੀ ਹੈ ਮੇਰੀ ਅੱਛਾ ਫਿਰ ਮੈਂ ਮਾਸੀ ਸਤਿ ਸ੍ਰੀ ਅਕਾਲ ਮਾਸੀ ਹੈ ਮਾਸੀ ਹੈ ਸਾਡੇ ਘਰੇ ਘੱਟ ਬੋਲੇ ਸੀ ਜਿਹੜਾ ਤੂੰ ਵੀ ਆ ਗਿਆ ਇਹ ਤਾਂ ਜੀ ਮੈਨੂੰ ਐਂ ਲੱਗਦਾ ਵੀ ਮਸਾਂ ਰਹੀ ਹੋਈ ਹੈ ਇੱਥੇ ਵੀ ਇਹਦਾ ਤਾਂ ਬਿਜਲੀਆਂ ਲਵਾਉਣੀਆਂ ਪੈਂਦੀਆਂ ਤਾਂ ਉੱਲੇ ਕੰਮ ਲੈਣੇ ਤੋਂ ਚਲੋ ਵੀ ਇਹ ਵੀ ਮਰੀਜ਼ ਟਾਵੇ ਟਾਵੀ ਨੇ ਜੀ ਬਿਜਲੀ ਵਾਲੇ ਵੀ ਮੈਨੂੰ ਨਹੀਂ ਰੋਟੀਆਂ ਪਕਾਉਣ ਵਾਲਾ ਛੋਟਾ ਚੱਲ ਉਹ ਚਾਚਾ ਸੁਣਦਾ ਉਹਨੂੰ ਇਹਦਾ ਇੱਕ ਐਂ ਰੋਟੀਆਂ ਮਹਾਨੇ ਰੱਖੀ ਖੜਿਆ ਸੀ ਚਲੋ ਆਏ ਆ ਜੀ ਵੇਲਾ ਪੂਰਾ ਹੋਈ ਜਾਵੇ ਹੈਂ ਹੁਣ ਉਦੋਂ ਦੇਖ ਲਓ ਤੁਹਾਡੀ ਉਹ ਆਪਣੀ ਨੂੰਹ ਹੀ ਲੱਗੀ ਫਿਰਦਾ ਜੀ ਤੁਸੀਂ ਮੇਰੇ ਤਾਇਆ ਜੀ ਲੱਗੇ ਵੀ ਹਿਸਾਬ ਨਹੀਂ ਆ ਰਿਹਾ ਸਕੀਰੀ ਦਾ ਮੈਨੂੰ ਤੇਰੀ ਤਾਂ ਮਾਸੀ ਉਹ ਲੱਗੂ ਸਿਰਾ ਉਹ ਤੇਰੀ ਕਿਵੇਂ ਇਹਨੂੰ ਲੱਗੂ ਨਹੀਂ ਮੈਂ ਤਾਂ ਆਪਦੀ ਬਹੂ ਦੀ ਗੱਲ ਕਰਦਾ ਜੀ ਮੈਨੂੰ ਹਿਸਾਬ ਨਹੀਂ ਆ ਰਿਹਾ ਸਾਲਾ ਜਿਹਾ ਕੱਚ ਕਝੋਲਾ ਪੈ ਗਿਆ ਸਕੀਰੀਆਂ ਦਾ ਰਿਸ਼ਤੇਦਾਰੀ ਆਪਣੀ ਨੇੜੇ ਤੁਸੀਂ ਐਂ ਕਰੋ ਜੀ ਤੁਸੀਂ ਰਿਸ਼ਤੇਦਾਰੀਆਂ ਨੂੰ ਕੱਟ ਦਿਓ ਤੁਸੀਂ ਮੇਰੇ ਮਿੱਤਰੀ ਬਣ ਜਾਓ ਚੱਲ ਆਪਾਂ ਲਿਹਾਜੀ ਬਣ ਲਿਹਾਜੀ ਬਣ ਜਾਂਦੇ ਆ ਕਿਉਂ ਲਿਹਾਜ਼ ਕਹਿੰਦੇ ਸਕੀਰੀ ਤੋਂ ਵੱਡੀ ਹੁੰਦੀ ਆ ਲਿਹਾਜ਼ ਕੰਮ ਆਉਂਦੀ ਆ ਹੁਣ ਲਿਹਾਜ਼ ਕੰਮ ਵੀ ਆਪਾਂ ਸਕੀਰੀ ਵਾਲੇ ਰਹਿਣ ਦੇ ਨਾਲ ਲਿਹਾਜ਼ ਚਲੋ ਹੁਣ ਤਾਂ ਫਿਰ ਤੁਹਾਡੀ ਉਹ ਲੱਗੀ ਚੱਲ ਨੂੰ ਹੀ ਲਾ ਲਓ ਨੂੰ ਹੀ ਲਾ ਲਓ ਚੱਲ ਹਾਂ
ਬੜਾ ਵਿਚਾਰੀ ਕਰਦੀ ਬਲਾ ਕਰਦੀ ਤੀ ਮਾਂ ਆਥਣ ਤੜਕੇ ਮਾਂਗਰ ਮੂਹਰੇ ਫਿਰਦੀ ਰਹਿੰਦੀ ਮਾਂਗਰ ਮੂਹਰੇ ਫਿਰਦੀ ਰਹਿੰਦੀ ਕਰਨੀ ਹੈ ਬਹੁਤ ਪਿਆਰ ਹੈ ਸਾਰਾ ਵੀ ਨੌਕਰੀ ਮਿਲ ਗਈ ਜੀ ਕਨੈਕਟਰ ਹੁਣ ਫਿਰ ਕੁੜੀ ਹਾਂ ਕਨੈਕਟਰ ਲੱਗ ਗਈ ਤੀ ਤੇ ਚੰਡੀਗੜ੍ਹ ਚੱਲਦੀ ਆ 43 ਸੈਕਟਰ ਚ ਤੜਕੇ ਸਿਟੀ ਮਾਰ ਕੇ ਲੋਹਾ ਖੇੜੇ ਤੋਂ ਲਾ ਕੇ ਬਾਇਆ ਲੌਂਗਾਲ ਹੋ ਕੇ ਸ਼ੇਰੋਂ ਸੁਨਾਮ ਹੋ ਕੇ ਇੱਥੇ ਤੱਕ ਡਰਾਈਵਰੀ ਆ ਉਹਦੀ ਚਾਰ ਪਿੰਡਾਂ ਚ ਆਪਣਾ ਡਰਾਈਵਰ ਡਰਾਈਵਰੀ ਕਰਦੇ ਨਾ ਲਾਇਸੈਂਸ ਵੱਡਾ ਜੀ ਉਹਦੇ ਕੋਲੇ ਲਾਇਸੈਂਸ ਮਊਆ ਨੇ ਤਾਂ ਬਣਵਾ ਕੇ ਲਿਆਈ ਵੱਡਾ ਲਾਇਸੈਂਸ ਹੈ ਜੀ ਕੁੜੀ ਕੋਲੇ ਵੀ ਚਲੋ ਕਿਰਪਾ ਬਾਬੀ ਦੀ ਜੀ ਦਾਣਾ ਪਾਣੀ ਚੱਲੀ ਜਾਂਦਾ ਤੂੰ ਫਿਰ ਕੀ ਕਰਦਾ ਹੁਣ ਮੈਂ ਮੇਰਾ ਕੰਮ ਡੰਗਰ ਵਪਾਰੀ ਹੈ ਜੀ ਮੈਂ ਹਾਂ ਝੋਟਾ ਲੈ ਲਿਆ ਵੇਚ ਲਈ ਝੋਟਾ ਲੈ ਲਿਆ ਵੇਚ ਲਿਆ ਬਸ ਝੋਟਾ ਹੀ ਲੈਣੇ ਹੋ ਹਾਂ ਆਪਾਂ ਝੋਟੀ ਰੱਖਦੇ ਆ ਜੀ ਆਪਾਂ ਕੋਈ ਕੱਟੀ ਪੱਛੀ ਨਹੀਂ ਰੱਖੀ ਚਲੋ ਉਹਨਾਂ ਦਾ ਕੀ ਫਾਇਦਾ ਹੋਣਾ ਤੇ ਬਾਕੀ ਆਏ ਆ ਜੀ ਦੁੱਧ ਦਾਦ ਹੁਣ ਹੈਗਾ ਘਰੇ ਦੋ ਮੱਛਾਂ ਰੱਖੀਆਂ ਹੋਈਆਂ ਨੇ ਹੁਣ ਦੁੱਧ ਨੂੰ ਤਾਂ ਨਹੀਂ ਮੁੱਲ ਦੇਣਾ ਕਿੱਥੇ ਸਰਦਾ ਇਹ ਆਏ ਆ ਜੀ ਹੁਣ ਗਾਹਾਂ ਜਿਹੜਾ ਆਪਣਾ ਨਵੀਂ ਪ੍ਰਣਾਲੀ ਆਉਣ ਵਾਲੀ ਹੈ ਇਹ ਮੱਛਾਂ ਡੰਗਰਾਂ ਦੀ ਟੀਕੇ ਟੱਲੇ ਹੋ ਗਏ ਆਪਾਂ ਨੂੰ ਕੀ ਪਤਾ ਕੀ ਪਾ ਕੇ ਦਿੰਦੇ ਨੇ ਕੀ ਨਾ ਆਪਾਂ ਤਾਂ ਜੀ ਆਪਾਂ ਤਾਂ ਘਰੇ ਸਾਂਡ ਰੱਖਿਆ ਹੋਇਆ ਜੀ ਆਪਾਂ ਤਾਂ ਯਕੀਨ ਨਹੀਂ ਕਰਦੇ ਕਿਸੇ ਤੇ ਜੀ ਆਪਾਂ ਤਾਂ ਬਰੀਡ ਜੀ ਬਰੀਡ ਹਾਂ ਬਰੀਡ ਆਉਣ ਵਾਲੀਆਂ ਨਸਲਾਂ ਸੁਧਾਰ ਦੇਣੀਆਂ ਨੇ ਜੀ ਮੈਂ ਤਾਂ ਫੇਰ ਹੀ ਫਾਇਦਾ ਹਾਂ ਕਿਉਂਕਿ ਕੁਛ ਤਾਂ ਯੋਗਦਾਨ ਹੋਵੇ ਜੀ ਪਿੰਡ ਚ ਕੈਂਪ ਲਵਾਉਣਾ ਜੀ ਮੈਂ ਤਾਂ ਫ੍ਰੀ ਝੋਟਿਆਂ ਦਾ ਹਾਂ ਵੱਖੋ ਵੱਖ ਟਾਈਪ ਦੇ ਝੋਟੇ ਆਉਂਦੇ ਨੇ ਜੀ ਆਪਾਂ ਤਾਂ ਫ੍ਰੀ ਕੈਂਪ ਹਰਿਆਣੇ ਦਾ ਮਸ਼ਹੂਰ ਆ ਯਾਰ ਬਾਲਾ ਮੈਂ ਨਾਂ ਭੁੱਲ ਗਿਆ ਉਹ ਆਈ ਉਹਦਾ ਆਪਣਾ ਕੀ ਨਾਮ ਲੈਂਦੇ ਨੇ ਆਪਣੇ ਵਾਲੇ ਦਾ ਬੱਚਾ ਹੀ ਹੈ ਜੀ ਉਹ ਅੱਛਾ ਉਹ 2.5-3 ਕਰੋੜ ਰੁਪਇਆ ਦਿੰਦੇ ਨੇ ਉਹਦਾ ਨਹੀਂ ਕੀ ਜਿਹਦਾ ਕੀ ਨਾਂ ਆ ਜੀ ਉਹਦਾ ਚਲ ਕੋਈ ਨਹੀਂ ਨਾਂ ਨੂੰ ਆਪਾਂ ਕਿਹੜਾ ਕੋਈ ਮੈਂ ਹੀ ਨਾਂ ਰੱਖਿਆ ਸੀ ਗਈ ਨਾ ਵੀ ਮੈਂ ਹੀ ਰੱਖਿਆ ਬੱਚਾ ਆਪਣੇ ਵਾਲੇ ਦਾ ਹੀ ਉਹ ਠੀਕ ਹਾਂ ਤੇ ਚੰਗਾ ਫਿਰ ਮੈਂ ਤਾਂ ਚੱਲਦਾ ਜੀ ਹੈ ਠੰਡਾ ਠੁੰਡਾ ਮਗਾਉਂ ਹੈ ਤੇਰੇ ਖਾਤਰ ਹੋਣਾ ਨਾ ਮਾਂ ਆਪਾਂ ਖੇਤ ਕਨੀ ਕਿਹੜਾ ਮਾਰਿਆ ਉਹਦੇ ਇੱਧਰ ਕਹਿੰਦਾ ਵੀ ਚੱਲੋ ਜੀ ਆਪਾਂ ਚੱਲੀਏ ਅੱਛਾ ਅੱਛਾ ਫਿਰ ਉਹ ਦੂਜਾ ਦਿੱਤੇ ਸੱਡੇ ਵਾਲਾ ਤਾਂ ਨਹੀਂ ਕਿਤੇ ਨਾ ਨਾ ਜੀ ਉਹ ਨਹੀਂ ਚਲ ਆਏ ਤੈਨੂੰ ਮੈਂ ਖੇਤ ਦਿਖਾ ਰਿਹਾ ਤੈਨੂੰ ਜਿਹੜਾ ਦਿਖਾ ਕੇ ਰਹਾਂ ਜੀਰੀ ਨਵੀਂ ਲੈ ਜਾਇਆ ਇੱਕ ਹਾਂ ਅੱਛਾ ਲੱਗ ਜਾ ਤੂੰ ਆ ਜਾਓ ਜੀ ਆ ਜਾ ਆ ਉਹਦੇ ਘਰ ਹੈ ਕਿਹੜਾ ਕੋਈ ਬਗਾਨਾ ਹੈ ਮੈਂ ਮਰ ਜਾ ਮਰਨਾ ਕਹਿੰਦਾ ਇਹਦੇ ਤਾਂ ਬਿਜਲੀਆਂ ਲੱਗਦੀਆਂ ਨੇ ਅਸੀਂ ਤਾਂ ਇਕੱਲੀ ਰੋਟੀ ਵਾਸਤੇ ਰੱਖੇ ਹੋਏ ਆ ਕੋਈ ਗੱਲ ਨਹੀਂ ਇਹਨੂੰ ਛੱਡ ਕੇ ਆ ਕਿਹਦਾ ਰਿਸ਼ਤੇਦਾਰ ਹਾਏ ਮੈਂ ਮਰ ਜਾ ਤਾਂ ਫਿਰ ਪਿੰਡ 'ਚ ਵੀ ਇਹ ਭਕਾਈ ਮਾਰ ਕੇ ਆਉਂਦਾ ਹੋਊਗਾ ਵੀ ਸਾਡੀ ਬਹੂ ਦੇ ਬਿਜਲੀਆਂ ਲੱਗਦੀਆਂ ਨੇ ਕੋਈ ਨਾ ਜਿਹੜਾ ਤੂੰ ਆ ਰਿਸ਼ਤੇਦਾਰਾਂ ਕੋਲੇ ਦੱਸਿਆ ਨਾ ਤੇਰੇ ਤਾਂ ਹੁਣ ਹੱਥ ਨੇ ਬਿਜਲੀਆਂ ਮੈਂ ਲਾਓ ਤੂੰ ਬੜੀ ਕਰ ਨਾਲੇ ਆ ਜਾਂਦਾ ਲਾਡੀ ਨੂੰ ਦੱਸੂ ਤੇਰੀਆਂ ਕਰਤੂਤਾਂ ਵੀ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਘਰੇ ਲੈ ਕੇ ਆਉਂਦਾ ਇੱਥੇ ਕਿ ਬੁਰੀ ਬੰਨੀ ਹੋਈ ਆ ਦੁੱਧ ਨੂੰ ਉਹਦੀ ਕਰਨ ਦਾ ਚਾਹ ਬਣਾ ਲਾ ਪਾਣੀ ਲੈ ਕੇ ਫੜਾ ਦੇ ਮੈਂ ਨੌਕਰ ਨਹੀਂ ਇਹਦੀ ਕੋਈ ਨਾ ਆਣ ਦੇ ਲਾਡੀ ਨੂੰ ਤੇਰੀ ਤਾਂ ਤੜਾਉਣ ਲੱਤ ਮੈਂ ਦਊ ਤੈਨੂੰ ਪੂੜੇ ਨਾਲੇ ਹੱਥ ਨੇ ਮਰਨੇ ਮੇਰੇ ਤਾਂ ਬਿਜਲੀਆਂ ਲੱਗਦੇ ਨਾ ਹੀ ਕਿਹਾ ਕਰੂ ਮੇਰੇ ਤੋਂ ਰੋਟੀ ਪੱਕਦੀ ਹੁਣ ਆ ਜਾ ਪਛੇਰਾ ਇਹ ਟਿੱਬੇ ਤੇ ਝੀਰੀ ਲਾਉਂਦੇ ਜੀ ਇਹ ਬਸ ਉਹੀ ਨਹੀਂ ਲਾਈ ਇਹ ਤਾਂ ਉਹ ਰੱਖੀਆਂ ਹੋਈਆਂ ਨਿਸ਼ਾਨੀ ਦਿਖਾਉਣ ਵਾਸਤੇ ਮੂਹਰੇ ਜਵਾਕਾਂ ਨੂੰ ਅੱਛਾ ਦਾਦੇ ਪੜਦਾਦਿਆਂ ਦੀ ਨਿਸ਼ਾਨੀ ਹੈ ਹਾਂ ਵੀ ਆ ਪੰਨੀਆਂ ਹੁੰਦੀਆਂ ਟਿੱਬਿਆਂ ਤੇ ਐਂ ਟਿੱਬਿਆਂ ਤੇ ਅੱਕ ਦੇਖ ਕੀ ਕੋ ਬੇਰੀਆਂ ਹੁੰਦੀਆਂ ਬੇਰੀਆਂ ਤਾਂ ਹੁਣ ਵੱਡ ਬੁੱਡਤੀਆਂ ਨਹੀਂ ਆਪਾਂ ਤਾਂ ਝੀਰੀ ਲਾ ਦਿੱਤੀ ਜੀ ਪੱਠੇ ਵਾਲੇ ਬਹੁਤ ਲੈ ਗਏ ਕੱਦੂ ਕਰਕੇ ਫਿਰ ਹਲ ਧੋ ਕੇ ਇੱਥੇ ਖੜਾਤੇ ਹੈ ਛੋਟੇ ਦੀ ਜ਼ਿੰਮੇਵਾਰੀ ਹੈ ਅੱਛਾ ਮਤਲਬ ਭਾਈ ਆਪਣਾ ਛੋਟਾ ਲਿਆਉਣਾ ਇੱਥੇ ਖੇਤ ਗੋਆ ਗੱਪਾ ਜਿਹੜਾ ਕੁਛ ਲਿਆਉਣਾ ਖੇਤ ਉਹਦੀ ਜ਼ਿੰਮੇਵਾਰੀ ਹੈ ਸੰਦਾ ਨੇ ਵੀ ਉਹਦੀ ਠੀਕ ਹੈ ਜੀ ਮੇਰੀ ਤਾਂ ਅੰਬ ਦੇ ਬੂਟੇ ਦੀ ਜ਼ਿੰਮੇਵਾਰੀ ਹੈ ਦੇਖ ਇਹ ਪਿਆ ਦੇਖ ਕਹਿੰਦੇ ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ ਸਾਂ ਦੇ ਹੈ ਮੁੰਡਾ ਮਸਤਰੇ ਵਿੱਚ ਹਾਣ ਦੀਆਂ ਮੁਟਿਆਰਾਂ ਬਈਆ ਬਈਆ ਆਪਾਂ ਬਿਜਲੀ ਮਹਿਕਮੇ ਵਾਲਿਆਂ ਤੋਂ ਲੈ ਲਾ ਦੀ ਖੰਭਾ ਇੱਕ ਅੱਛਾ ਬੈਠਣ ਵਾਸਤੇ ਚਲੋ ਚੰਗੀ ਗੱਲ ਹੈ ਜੀ ਹੈ ਸਾਡੇ ਕੋਲ ਕਿਹੜਾ ਕਰਦਾ ਗਾ ਜਾ ਕੇ ਦੇਖਦਾ ਵੀ ਰਿਸ਼ਤਾ ਤਾਂ ਨਹੀਂ ਆ ਗਿਆ ਕਦੇ ਪਤਾ ਕਰ ਦਿਆਂਗੇ ਕਿਹੜਾ ਗਾ ਕਿਹੜਾ ਨਾ
ਦੇਖਣ ਵਾਲੇ ਪਾਣੀ ਪੂਣੀ ਪੀ ਲੈਣਾ। ਹਵਾ ਵਾ ਭਲਾ ਵਧੀਆ ਚੱਲ ਪਈ ਜੀ। ਬਾਲੀ ਬਾਲੀ ਪੂਰਾ ਚੱਲ ਪਿਆ, ਬੱਦਲ ਬਾਈ ਹੋ। ਹਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੰਨੀ ਨੀ, ਉੱਚਾ ਸੁਣਦਾ ਨੂੰ। ਅੱਛਾ ਹਾਂ ਮਹਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹੋ ਠੀਕ ਹੋ ਤੁਸੀਂ? ਹਾਂ ਬਹੁਤ ਵਧੀਆ। ਚਲੋ 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 ਚਲੋ, ਕਰ ਰਿਹਾ ਕੰਮ ਉਧਰ ਜਿਹੜਾ ਅੱਖੇ ਦਿਨ ਤੜਕੇ ਕਰਤਾ 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 ਕਰਤਾ। ਹਾਂ ਚੱਲ ਇਹ ਮੁੰਡਾ ਜੀ, ਇਹ ਮੁੰਡਾ ਛੋਟਾ ਭਾ ਆਪਣਾ ਮੁੰਡਾ ਲਾਡੀ ਹੈ। ਅੱਛਾ ਲਾਡੀ ਹੈ, ਓਹ ਲੱਭੋ ਦੇ ਘਰ ਵਾਲਾ ਮੁੰਡਾ ਹੈ। ਅੱਛਾ ਅੱਛਾ, ਉਹ ਸਾਲੀ ਹਾਰ ਦੇ ਘਰ ਵਾਲਾ ਮੁੰਡਾ ਹੈ। ਗੱਲ ਕਰਦੇ ਥੋੜੀ, ਇੱਕ ਮਿੰਟ। ਚੱਲ ਚੱਲ ਲਾਡੀ ਮੈਂ ਤੈਨੂੰ। ਪਤਾ ਕਿਹੜਾ ਇਹ? ਉਹ ਇਹਦਾ ਮੈਂ ਤਾਂ ਆਪਣੀ ਜਾਣਦਾ ਹੈਗਾ। ਕਿੱਥੋਂ ਆਏਗਾ? ਇਹਦਾ ਪਤਾ ਹੀ ਨਹੀਂ। ਇਹਦਾ ਤੜਕੇ ਮੇਰੇ ਨਾਲ ਲਾਭੋ ਲੜਪੀ, ਅੱਜ ਗੱਲ ਸੁਣ ਲਾ। ਜਦੋਂ ਲਾਭੋ ਲੜਪੀ ਮੈਂ ਤਾਂ ਲੜਕੇ ਉਹਦੇ ਨਾਲ ਬਾਹਰ ਹੀ ਆਉਂਦੀ, ਇਹਨਾਂ ਦਾ ਬ੍ਰੇਕ ਮਾਰੇ ਮੋਟਰਸਾਈਕਲ ਦੇ ਹੋ ਕਿਲੋਮੀਟਰ ਤੱਕ ਮੋਟਰਸਾਈਕਲ ਤਿਲਕਦਾ ਗਿਆ। ਅੱਛਾ, ਜਦੋਂ ਮੈਂ ਗਿਆ ਮੈਨੂੰ ਆ ਕੇ ਕਹਿੰਦਾ ਸਤਿ ਸ਼੍ਰੀ ਅਕਾਲ। ਮੈਂ ਭਾਈ ਸਤਿ ਸ਼੍ਰੀ ਅਕਾਲ ਮੰਨ ਲਈ, ਸੁਣੀ ਜਾਂਦਾ। ਤੇ ਜਦੋਂ ਸਤਿ ਸ਼੍ਰੀ ਅਕਾਲ ਮੰਨ ਲਈ, ਮੈਨੂੰ ਕਹਿੰਦਾ ਮੈਂ ਕਰਕੇ ਮੈਂ ਤਾਂ ਤੈਨੂੰ ਜਾਣਦਾ। ਕਦੇ ਤਾਂ ਮੇਰਾ ਸਾਰਾ ਢੋਏ ਪੀਆਂ ਦਾ ਨਾਂ ਲੈ ਦਿਆ ਕਰੇ, ਫਿਰ ਕੱਲੋ ਕੋਟਲੀ ਵੱਗ ਗਿਆ, ਫਿਰ ਭੀਖਿਆਂ 'ਤੇ ਆ ਗਿਆ। ਮਾਂ ਕੋਈ ਯਾਰ ਇਹਦਾ ਪਤਾ ਨਹੀਂ, ਹਰ ਕੇ ਮੈਂ ਤੁਹਾਨੂੰ ਕਹਿੰਦਾ ਮਹਾਂ ਆ ਜਾ ਪੁੱਤ, ਤੂੰ ਤਾਂ ਆਪਦਾ ਘਰ ਦਾ ਬੰਦਾ ਹੀ ਆ, ਪਹਿਲਾਂ ਤਾਂ ਮੇਰਾ ਸਾਲਾ ਰਿਸ਼ਤੇ ਦਾ, ਫਿਰ ਮੈਨੂੰ ਕਹਿੰਦਾ ਤੂੰ ਤਾਂ ਮੇਰਾ ਜਿਗਰੀ ਜਾ ਰਹੀ ਆ। ਉਹ ਮਾਂ ਕਰੋ ਮੇਰਾ ਸਾਲਾ ਕਹਿੰਦਾ ਕਹਿੰਦਾ ਮੈਂ ਤੁਹਾਡਾ ਪ੍ਰਾਹੁਣਾ ਦੇਖ ਲੈ। ਆਪਣਾ ਕੁੜੀ ਹੈ ਨਹੀਂ ਕੋਈ, ਕੁੜੀ ਤਾਂ ਹੈ ਨਹੀਂ ਆਪਣੇ ਕੋਈ। ਉਹ ਇਹ ਤਾਂ ਮੇਰਾ ਸਾਲਾ ਬਿਨ ਕੁੜੀ ਤੋਂ ਪ੍ਰਾਹੁਣਾ ਹੋ ਗਿਆ ਫਿਰ। ਆਹੋ ਉਹੀ ਗੱਲ, ਆ ਜਾ ਉਹਦੇ ਨਾਲ ਕਰਦੇ ਆ ਗੱਲ, ਆ ਜਾ। ਆਹੋ ਚੱਲ ਦੇਖ, ਚੱਲ 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 ਜਾ। ਕਿਵੇਂ ਕੋਈ ਸੁੱਖ ਹੈ ਜੀ? ਸੌਖਾ ਸੌਖਾ, ਚਲੋ ਚੰਗੀ ਗੱਲ, ਸੌਖਾ ਜੀ, ਚੰਗੀ ਗੱਲ। ਉਹਦਾ ਡਰ ਲੱਗਦਾ ਰਹਿੰਦਾ ਨੀ ਪਤਾ ਕਿਹੜੇ ਵੇਲੇ ਕਿਹਦਾ ਸੁਨੇਹਾ ਜੀ, ਬੰਦੇ ਦਾ ਕਿਹੜਾ ਪਤਾ ਕਦੋਂ ਚੱਲ ਜੀ ਬੰਦੇ ਦਾ। ਪਾਣੀ ਦਾ ਬੁਲਬੁਲਾ ਪਾਣੀ ਦਾ ਬੁਲਬੁਲਾ ਜੀ ਮੈਂ ਪਾਣੀ ਦਾ ਬੁਲਬੁਲਾ ਪਾਣੀ ਦਾ ਬੁਲਬੁਲਾ ਜੀ ਮੈਂ ਪਿੰਡ ਦਾ ਬੁਲਬੁਲਾ ਪਾਣੀ ਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਬਿਲਕੁਲ। ਥੋੜੀ ਲੇਟ ਪਾਵਾਂਗੇ ਇੱਕ, ਉਹ ਮੈਨੂੰ ਦੱਸੀ ਮੈਂ ਪਵਾਉ ਕੰਮ ਰਹਿੰਦਾ ਇੱਕ। ਚੱਲ ਫਿਰ ਚੱਲ ਆ ਜਾ, ਮੈਂ ਮਾੜਾ ਜਿਹਾ ਕਰਾਮ ਆ ਜੀ ਮੁੰਡੇ ਉੱਚੀ ਬੋਲੀ ਸੁਣਦਾ ਘੱਟ, ਕੋਈ ਗੱਲ ਨੀ ਮੇਰੀ ਬੋਲਦਾ ਉੱਚੀ। ਫਿਰ ਤੂੰ ਜਾ, ਮੈਂ ਤਾਂ ਉਰੇ ਰੈਸਟ ਕਰਦਾ। ਮਾਂ ਜੀ ਚਲੋ ਤੁਹਾਡੇ ਨਾਲ ਚੱਲਦਾ। ਹਾਂ ਚਲੋ ਇੱਕ ਕਹੀ ਬਹੁਤ ਆ, ਘੜ ਲੂ ਨੱਕਾਂ ਨੁੱਕਾਂ ਲਾ ਦੂ, ਮੈਂ ਤਾਂ ਫਿਰ ਉਰੇ ਹੁਣ ਰੈਸਟ ਮਾਰਦਾ। ਚੰਗਾ ਜੀ, ਹਾਂ ਉਹ ਜਾਂਦਾ ਮੇਰਾ ਸਾਲਾ ਬਚੀ ਦਾ ਯਾਰ ਨੀ, ਅੱਜ ਨੀ ਛੱਡਦਾ ਲਾਡੀ। ਕਹਿੰਦੇ ਹੁੰਦੇ ਨੇ ਨਾ ਗੂੰਗੇ ਬੋਲੇ 'ਚ ਮੇਰੇ ਸਾਲ ਦੀ ਕਰਾਕ ਵੱਧ ਹੁੰਦੀਆਂ ਨੇ, ਸੱਚੀ ਉਹ ਵੱਧ ਹੈ। ਅੱਜ ਅੜ ਗਿਆ ਮੇਰਾ ਸਾਲਾ, ਦੇਖੀ ਅੱਜ ਬਲਾਊਏ ਦੀਆਂ ਬੰਬਲੀਆਂ ਪੂਰੀਆਂ। ਚੰਗਾ ਕਰਦਾ ਪਾਣੀ ਦੇ ਦਿਓ ਜੀ। ਕੀ ਹੋ ਗਿਆ ਭਾਈ, ਹੌਂਕਦਾ ਆਉਣਾ ਉਹਦਾ ਬਰਾਸਤ ਪੱਟੀ ਜਾਂਦਾ। ਕੌਣ? ਉਹਦਾ ਦੱਬ ਪੱਟੀ ਜਾਂਦਾ ਕਹੀ ਨਾਲ, ਲਾ ਲਿਆ ਮੈਨੂੰ ਨਾਲ ਵੀ ਰਿਸ਼ਤੇਦਾਰ ਐਂ ਘੜਘੜੀਏ ਖਾਤਰ ਹੁੰਦੇ ਨੇ। ਓਏ ਉਹਦਾ ਤਾਂ ਸਭਾਈ ਆਇਆ, ਉਹ ਵਿਹਲਾ ਨਹੀਂ ਰਹਿਣ ਦਿੰਦਾ। ਉਹ ਹੁਣ ਕਈ ਵਾਰ ਅਗਲਾ ਰਿਸ਼ਤੇਦਾਰ ਅਗਲਾ ਕਹਿੰਦਾ ਸਾਡਾ ਤਾਂ ਜੀ ਨਹੀਂ ਲੱਗਿਆ, ਉਹਦਾ ਕੰਮ ਚਲਾਉਂਦਾ ਮੁੰਡਾ। ਵਧੀਆ ਤੇਰੀ ਵਰਜਿਸ਼ ਹੋ ਗਈ ਸਰੀਰ ਦੀ। ਮੈਨੂੰ ਐਂ ਲੱਗਦਾ ਜੀ ਮੈਂ ਗਲਤ ਆ ਗਿਆ।
ਉਹਨਾਂ ਉਹ ਗਲਤ ਕਾਣੂ ਆ ਗਿਆ। ਮੈਨੂੰ ਇਜਾਜ਼ਤ ਦਿਓ, ਮੈਂ ਗਲਤ ਆ ਗਿਆ। ਉਹ ਕਿੱਥੇ ਚੱਲਿਆ? ਪਿੰਡ ਜਾਣਾ ਮੈਂ। ਪਿੰਡ ਕਿੱਥੇ? ਹਜੇ ਲੱਭੋ ਤੇ ਮੁਰਗਾ ਮੰਗਤਰਾਵਾਂਗੇ ਆਪਾਂ। ਭੈਣ ਵਾਲੇ ਮੁਰਗਾ ਖੜਾ ਹੋ ਗਿਆ ਤਾਂ ਪਹਿਲੀ ਬਾਂਗਾਂ ਦੇਣ ਲੱਗਾ। ਉਹ ਬਾਂਗਾਂ ਕਾਣੂ ਨਾ ਹੀ ਨਹੀਂ, ਕੰਮ ਨੂੰ ਤਾਂ ਮੈਂ ਤੁਹਾਡੇ ਦੇਖ ਨਾਲ ਲੱਗ ਜਾਂਦਾ ਸਿਰਾ। ਮੇਰਾ ਸਾਲਾ ਇੱਥੇ ਖੇਤ ਆ ਕੇ ਘੱਟ ਗਿਆ ਬੀਪੀ, ਮੈਂ ਤਾਂ ਹੀ ਪੈ ਗਿਆ ਸੀ ਉੱਥੇ। ਬਲੱਡ ਘੱਟ ਗਿਆ, ਬਲੱਡ ਘੱਟ ਗਿਆ। ਸੜੇ ਸਰਾਂਗ ਉਹ ਵਿਆਹ ਕਰਾਓ, ਜਦੋਂ ਤੀਵੀਂ ਆ ਗਈ ਬਲੱਡ ਵਧੀ ਰਹੂਗਾ ਫਿਰ, ਫਿਰ ਨਹੀਂ ਘੱਟਦਾ, ਮੈਂ ਗਰੰਟੀ ਦਿੰਦਾ। ਵਿਆਹੇ ਬਾਰੇ ਬੰਦੇ ਦਾ ਬਲੱਡ ਨਹੀਂ ਘੱਟਦਾ ਹੁੰਦਾ ਜੀ, ਉਹ ਤਾਂ ਵੱਧ ਬੇਸ਼ੱਕ ਜਾਵੇ। ਉਹ ਫਿਰ ਅਸੀਂ ਕੀ ਜਾਣੀਏ ਹੁਣ? ਚੱਲ ਤੈਨੂੰ ਘਰੇ ਲੈ ਕੇ ਚੱਲ। ਨਾ ਮੈਂ ਤਾਂ ਵਗ ਜੂੰਗਾ ਜੀ। ਉਹ ਨਾ ਨਾ, ਮੈਂ ਤਾਂ ਸਿੱਧਾ ਜਾਊਂਗਾ ਇੱਥੋਂ। ਮੈਂ ਫੋਨ ਕਰਦਾ, ਮੁਰਗਾ ਧਰਾਵਾਂਗੇ ਤੈਨੂੰ। ਨਾ ਨਾ, ਮੈਨੂੰ ਤਾਂ ਤਿਆਰ ਕਰੂ ਜੀ, ਮੈਨੂੰ ਤਾਂ ਲੋੜ ਨਹੀਂ ਜੀ, ਮੈਨੂੰ ਤਾਂ ਕਾ ਬੰਦੇ ਡਿੱਕੀ ਜਾਂਦੇ ਨੇ। ਤੂੰ ਐ ਨਹੀਂ, ਮੈਂ ਮੰਨੀ ਦੀ ਹੁੰਦੀ ਆ ਜੀ। ਓਏ ਤੂੰ ਜਾ ਫਿਰ ਲਿਹਾਜ਼ ਤੋੜਦਾ ਯਾਰ, ਤੂੰ ਐ ਸਿਰਾ। ਉਹ ਖੜ ਜਾ ਭਾਈ, ਤੜਕੇ ਦਾ ਜੱਫੀਆਂ ਪਾਉਂਦਾ ਸੀਗਾ, ਹੈਂ, ਹੁਣ ਉਹੀ ਭੱਜਿਆ ਜਾਂਦਾ ਸਿਰਾ ਤੂੰ। ਉਹ ਖੜਤਾ ਜਾ ਤੂੰ, ਆ ਜਾ ਆਉਣੇ ਆਉਣੇ ਖੜ ਜਾ। ਕਿੱਧਰ ਭੱਜ ਗਿਆ? ਉਹ ਭੱਜ ਗਿਆ, ਉਹ ਭੱਜ ਗਿਆ, ਉਹ ਜਾ। ਉਹ ਬੌਂਦਲਿਆ ਪਿਆ ਸੀ, ਕੀ ਕਰਾਇਆ ਤੂੰ ਇਹੋ ਜਿਹਾ? ਤੂੰ ਟਿੱਬਾ ਕੱਢਣ ਲੱਗਦਾ ਸੀ ਮੈਂ ਤਾਂ। ਉਹ ਟਿੱਬਾ ਬਰਾਸਤ ਨਾ ਕੜਿਆ ਕਰ ਤੂੰ, ਉਹ ਬਰਾਸਤ ਆਪਣੀ। ਭੱਜ ਕਿੱਧਰ ਗਿਆ? ਉਹ ਭੱਜ ਕੇ ਤਾਂ ਹੋ ਜਾਂਦਾ, ਤੂੰ ਐਂ ਕਰ, ਉਹਦਾ ਮੋਟਰਸਾਈਕਲ ਤਾਂ ਘਰੀ ਹੈ, ਉਹ ਮੈਂ ਜਾਣਾ ਘਰੇ ਕੋਈ ਨੀ, ਤੂੰ ਐਂ ਕਰ। ਉਹ ਸ਼ੇਰੇ ਕਲੀ ਪੱਟ ਹੋ ਕੇ ਮੂਰਤੀ ਘੇਰਦਾ ਮੈਂ ਜਾਣਾ। ਉਹ ਮੇਰੀ ਗੱਲ ਤਾਂ ਸੁਣ ਲਾ ਤੂੰ, ਉਹ ਬੋਲਿਆ ਤੂੰ ਐਂ ਕਰ ਯਾਰ, ਕੱਖ ਵੱਢਾ ਕੇ ਮੈਂ ਜਾਣਾ ਘਰੇ ਯਾਰ, ਉਹੀ ਕੰਮ ਤੋਂ ਟਲਦਾ ਫਿਰਦਾ ਤੂੰ ਵੀ, ਹੁਣ ਤਾਂ ਮੈਂ ਸਾਂਭ ਲੂੰ, ਆਪੀ ਆ ਜਾ ਤੂੰ ਵੱਢ ਕੱਖ। ਲੈ ਚਾਬੀ ਤਾਂ ਮੈਂ ਕੱਢ ਲਈ ਹੈ, ਪਤਾ ਨਹੀਂ ਇਹਨੂੰ ਪੁੱਤੇ ਦਾ ਕੌਣ ਆ ਕੌਣ ਨਾ, ਤੜਕੇ ਦੇ ਖੇਤ ਨਿਕਲਣੇ ਹਜੇ ਤੱਕ ਨਹੀਂ ਬੜੇ ਹੈਗੇ। ਚੱਲ ਚਾਬੀ ਮੈਂ ਸਾਂਭ ਲੈਣੀ ਆ, ਜੇ ਸਾਡੇ ਵਾਲਾ ਆ ਗਿਆ ਨਾ ਵਧੀਆ, ਅਸੀਂ ਸ਼ਹਿਰ ਜਾ ਆਵਾਂਗੇ ਸੁਨੇਹਾ ਸੁਨੇਹਾ, ਕੋਈ ਤਾਂ ਲਾਹਾ ਲਈਏ ਸਾਡੇ ਘਰੇ ਆਏ ਦਾ, ਐਵੇਂ ਮੈਂ ਸੁੱਕਾ ਕਿਵੇਂ ਜਾਣ ਦੇ ਦੇ। ਆ ਕਿੰਨੀ ਵਾਰੀ ਕਿਹਾ ਵੀ ਜਦੋਂ ਟੂਟੀ ਆ ਜਾਂਦੀ ਆ ਪਾਣੀ ਛੱਡ ਦਿਆ ਕਰੋ ਇਹ 'ਚ। ਤੇਰੇ ਬੰਦੇ ਦੀ ਗੱਲ ਸੁਣੀ ਸੀ ਕੇਰਾ, ਮਾਂ ਦੇ ਪੁੱਤ ਨੇ ਨਾਰ ਚਾੜਤੀ ਮੇਰੇ ਤਾਂ ਟਿੱਬੇ ਤੇ ਲਾਦਾ ਦੱਬ ਪੱਟਣ। ਮੈਂ ਤਾਂ ਉਹੀ ਨੀ ਕੰਮ ਕਰਿਆ, ਮੈਂ ਤਾਂ ਆਪਦੇ ਘਰੇ ਨੀ ਕੰਮ ਕਰਿਆ, ਮੇਰੇ ਤਾਂ ਪਥਰੀਆਂ ਦੇ ਦੋ ਆਪਰੇਸ਼ਨ ਹੋਏ ਹੋਏ ਨੇ, ਮੈਂ ਤਾਂ ਡਾਕਟਰ ਨੇ ਕਿਹਾ ਹੋਇਆ ਕਹਿੰਦਾ ਉੱਚੀ ਨੀਵੇਂ 'ਚ ਪੈਰ ਨੀ ਧਰਨਾ ਭਾਈ ਤਾਂ। ਕਿੱਧਰ ਲਗੋਲਿਆ ਬੰਦਾ? ਜਾ ਮੂੰਹ ਸੰਭਾਲ ਕੇ ਗੱਲ ਕਰ, ਮੈਂ ਤੇਰੀ ਉਮਰ ਦਾ ਲਿਹਾਜ਼ ਕਰ। ਜਾਣ ਕੇ ਪੈ ਜੂ, ਮੈਂ ਤਾਂ ਮਾਰ ਕੇ ਚੱਲੀ ਹਾਂ, ਪੈ ਜੂ ਨਾ ਹੋਰ। ਹਾਂ ਪਰਚਾ ਕਰੂੰ, ਪਰਚਾ ਤੁਹਾਡੇ ਤੇ। ਹਾਂ ਹਾਂ ਮੇਰੇ ਰਸ ਮੇਰੇ ਕਾਹਦੇ ਰਿਸ਼ਤੇਦਾਰ, ਉਹ ਰਿਸ਼ਤੇਦਾਰ ਹੋਣਗੇ ਤੁਹਾਡੇ ਹੋਣਗੇ, ਮੈਂ ਤਾਂ ਫੇਰ ਆਇਓ ਭਗਤ ਕਰਦਾ ਆਪ ਉਹਦੇ ਜਦੋਂ ਆਇਆ ਤੜਕੇ, ਕੁੱਤੀ ਮੂੰਹ ਪਈ ਖੱਡ ਖਾਣ ਨੂੰ। ਮੇਰੇ ਰਿਸ਼ਤੇਦਾਰ ਨੇ ਕਹਿੰਦੀ ਲੈ ਬੇਬੀ, ਪਤਾ ਤਾਂ ਲਾਏ ਨੇ ਬਿਨ ਕੁੜੀ ਤੋਂ ਪ੍ਰਾਹੁਣਾ, ਮੈਨੂੰ ਕੀ ਪਤਾ ਕੌਣ ਸੀ, ਹਜੇ ਕਹਿੰਦੇ ਤੇਰੇ ਰਿਸ਼ਤੇਦਾਰ ਸੀ। ਮੇਰੇ ਰਿਸ਼ਤੇਦਾਰ ਇਹ ਜੇ ਨਹੀਂ ਹੈਗੇ, ਉਹ ਤਾਂ ਗੱਡੀਆਂ ਤੇ ਆਉਂਦੇ ਨੇ, ਮੋਟਰਸਾਈਕਲਾਂ ਤੇ ਨਹੀਂ ਫਿਰਦੇ। ਕੋਈ ਨਾ, ਹੁਣ
ਹੁਣ ਚੰਗਾ ਜੇ ਨਾ ਤੇਰੇ ਡਾਂਗਾ ਪੋਈਆਂ। ਹਮ ਫਿਰ ਆ ਗਏ। ਕਿਵੇਂ ਲੱਗੀ ਵੀਡੀਓ ਤੁਹਾਡੇ ਸਾਹਮਣੇ ਪੇਸ਼ਕਸ਼ ਕਰਤੀ ਹੈ, ਵੀਡੀਓ ਤੇ ਕਮੈਂਟ ਕਰਕੇ ਦੱਸ ਦਿਓ ਬਈ ਚੰਗੀ ਲੱਗੀ, ਵਧੀਆ ਲੱਗੀ, ਕਿਹੜੇ ਡਾਇਲੋਗ ਵਧੀਆ ਲੱਗੇ। ਇਹੀ ਚੈਨਲ ਤੇ ਵੀਡੀਓ ਆਇਆ ਕਰਨਗੀਆਂ। ਮੇਰਾ ਦਮ ਚੜਿਆ ਪਿਆ। ਚੰਗਾ, ਸਤਿ ਸ਼੍ਰੀ ਅਕਾਲ।